ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ वर्ल्ड वाइड ਇੱਕ ਬਹੁਤ ਪੈਂਡੈਮਿਕ ਜੋ ਫੈਲੀ ਹੋਈ ਆ ਸਪਰੈਡ ਹੋਈ ਆ ਦੈਟ ਇਜ਼ ਕੋਵਿਡ 19 ਕੋਵਿਡ 19 ਦੇ ਟਾਈਮ ਹੁਣ ਜਦੋਂ ਆਪਾਂ ਫਰੂਟਸ ਐਂਡ ਵੈਜੀਟੇਬਲਸ ਲੈ ਕੇ ਆੰਦੇ ਆ ਤਾਂ ਆਪਣੇ ਮਾਈਂਡ ਚ ਬਹੁਤ ਵੱਡੀ ਕਨਫਿਊਜ਼ਨ ਇਹ ਹੁੰਦੀ ਆ ਕਿ ਇਹਨਾਂ ਨੂੰ ਖਰੀਦੀਏ ਖਰੀਦ ਲਈਆਂ ਤਾਂ ਇਹਨਾਂ ਨੂੰ ਸੰਭਾਲੀਏ ਕਿਵੇਂ ਸੋ ਇਸ ਟਾਈਮ ਦੇ ਵਿੱਚ ਆਪਾਂ ਨੂੰ ਇਹ ਹੁੰਦਾ ਹੈ ਕਿ ਕਿਸੇ ਇਨਫੈਕਟਿਡ ਪਰਸਨ ਨੇ ਇਹਨਾਂ ਨੂੰ ਟੱਚ ਤਾਂ ਨਹੀਂ ਕੀਤਾ ਉਹਦੇ ਤੋਂ ਆਪਾਂ ਨੂੰ ਕਰੋਨਾ ਹੋ ਸਕਦਾ ਸੋ ਇਹ ਸਿਚੁਏਸ਼ਨ ਨੂੰ ਠੀਕ ਕਰਨ ਲਈ ਆਪਾਂ ਆਪਣੀ ਆਪਣੀ ਸੈਟੀਸਫੈਕਸ਼ਨ ਦੇ ਲਈ ਆਪਣੇ ਫਰੂਟਸ ਐਂਡ ਵੈਜੀਟੇਬਲਸ ਨੂੰ ਕਲੀਨ ਕਿਵੇਂ ਕਰਨਾ ਇਸ ਵੀਡੀਓ ਚ ਆਪਾਂ ਅੱਜ ਹੋਰ ਡਿਸਕਸ ਕਰਾਂਗੇ ਸੋ ਵੀਕਐਂਡ ਤੇ ਮੈਂ ਕੁਝ ਪਰਚੇਸ ਕੀਤੀਆਂ ਸੀ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਣੀ ਸ਼ੈਲਫ ਦੇ ਕੋਲ ਰੱਖ ਲਿਆ ਇਹਦੇ ਬੈਗਸ ਮੇਰੇ ਰੀਯੂਜੇਬਲ ਵਾਲੇ ਸੀ ਉਹਨਾਂ ਨੂੰ ਲਾਂਡਰੀ ਚ ਪਾ ਚੁੱਕੀ ਆ ਮੈਂ ਵਾਸ਼ ਹੋਣ ਲਈ ਸਬਜ਼ੀਆਂ ਸਾਈਡ ਤੇ ਪਈਆਂ ਨੇ ਸਬਜ਼ੀਆਂ ਸਾਈਡ ਤੇ ਰੱਖਣ ਤੋਂ ਬਾਅਦ ਆਪਾਂ ਸਟੈਪ ਬਾਈ ਸਟੈਪ ਇਹਨਾਂ ਨੂੰ ਕਲੀਨ ਕਰਨਾ ਹੈ ਜਿਹੜਾ ਮੇਰਾ ਸਭ ਤੋਂ ਫਰਸਟ ਸਟੈਪ ਹੈ ਐਜ਼ ਪਰ WHO ਗਾਈਡਲਾਈਨਸ ਮੈਂ ਇਹਨਾਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਹੈਂਡ ਕਲੀਨ ਕਰਨੇ ਆ ਹੈਂਡਸ ਕਲੀਨ ਕਰਨ ਦੇ ਲਈ ਮੈਂ ਸਾਰੇ ਸਟੈਪਸ ਪ੍ਰੋਪਰਲੀ ਫਾਲੋ ਕਰਨੇ ਆ ਸੋਪ ਕੋਈ ਵੀ ਲਗਾ ਕੇ ਰੱਬ ਕਰਕੇ ਫਿੰਗਰਸ ਨੂੰ ਇੰਟਰਲੌਕ ਕਰਕੇ ਆਪਣੇ ਨੇਲਸ ਵਗੈਰਾ ਨੂੰ ਚੰਗੀ ਤਰ੍ਹਾਂ ਕਲੀਨ ਕਰਨ ਤੋਂ ਬਾਅਦ ਰਨਿੰਗ ਵਾਟਰ ਦੇ ਨੀਚੇ ਇਹਨਾਂ ਨੂੰ ਧੋ ਕੇ ਆਪਣੇ ਹੱਥਾਂ ਨੂੰ ਉਸ ਤੋਂ ਬਾਅਦ ਮੈਂ ਕੀ ਕਰੂੰਗੀ ਟੌਲ ਦੇ ਨਾਲ ਮੈਂ ਵਾਈਪ ਕਰ ਲੈਣਾ ਆਪਣੇ ਹੱਥਾਂ ਨੂੰ ਇਹ ਕੀ ਆ ਆਪਣਾ ਸਟੈਪ ਫਰਸਟ ਸਟੈਪ ਫਰਸਟ ਇਜ਼ ਜਸਟ ਵਾਸ਼ ਯਰ ਹੈਂਡਸ ਦੈਨ ਸੈਕੰਡ ਸਟੈਪ ਇੱਕ ਬੋਲ ਲੈਣਾ ਕੁਝ ਵੀ ਤੁਸੀਂ ਲੈ ਸਕਦੇ ਹੋ ਮੇਰੇ ਕੋਲ ਛੋਟਾ ਸੀ ਇਹਦੇ ਵਿੱਚ ਮੈਂ ਥੋੜਾ ਲੂਕ ਵਾਰਮ ਵਾਟਰ ਲਿਆ ਗੁੰਗੁਨਾ ਪਾਣੀ ਲਿਆ ਜਿਆਦਾ ਠੰਡਾ ਨਹੀਂ ਇਹਦੇ ਵਿੱਚ ਮੈਂ ਕੁਕਿੰਗ ਸੋਡਾ ਪਾ ਲਿਆ ਬੇਕਿੰਗ ਸੋਡਾ ਜੋ ਬੇਕਿੰਗ ਕਰਨ ਲਈ ਆਪਾਂ ਯੂਜ਼ ਕਰ ਸਕਦੇ ਹਾਂ ਉਹ ਵਾਲਾ ਸੋਡਾ ਮੈਂ ਇੱਕ ਚਮਚ ਚ ਭਰ ਕੇ ਪਾਇਆ ਤੇ ਉਹਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲਿਆ ਉਸ ਤੋਂ ਬਾਅਦ ਮੈਂ ਆਪਣੀਆਂ ਸਬਜ਼ੀਆਂ ਨੂੰ ਇਹਦੇ ਵਿੱਚ ਇੱਕ ਇੱਕ ਕਰਕੇ ਡਿਪ ਕਰਦੀ ਰਹੂੰਗੀ ਠੀਕ ਹੈ ਜੀ ਤਾਂ ਇਹ ਸਾਰੀਆਂ ਸਬਜ਼ੀਆਂ ਮੇਰੀਆਂ ਡਿਪ ਹੋ ਗਈਆਂ ਡਿਪ ਕਰਨ ਤੋਂ ਬਾਅਦ ਇਹਨਾਂ ਨੂੰ ਮੈਂ 10 ਮਿੰਟਸ ਇਹ ਪਾਣੀ ਦੇ ਵਿੱਚ ਹੀ ਸੋਕ ਕਰਕੇ ਰੱਖਣਾ ਬਿਕਾਜ਼ ਜਿਹੜਾ ਇਹ ਬੇਕਿੰਗ ਸੋਡਾ ਹੈ ਇਹਦੀ ਪ੍ਰੋਪਰਟੀ ਕੀ ਹੈ ਇਹਦਾ ਐਕਸ਼ਨ ਕੀ ਹੈ ਇਹ ਇਹਨਾਂ ਨੂੰ ਕਲੀਨ ਕਰਨ ਦੇ ਵਿੱਚ ਹੈਲਪ ਕਰਦਾ ਹੈ ਜਿੰਨਾ ਵੀ ਪੈਸਟਿਸਾਈਡ ਮਟੀਰੀਅਲ ਸਬਜ਼ੀਆਂ ਦੇ ਕੁਝ ਗੰਦਾ ਹੈ ਤਾਂ ਉਹਨੇ ਇਹਨੂੰ ਚੰਗੀ ਤਰ੍ਹਾਂ ਬੈਕਟੀਰੀਆ ਫ੍ਰੀ ਕਰ ਦੇਣਾ ਉਹ ਸਾਰਾ ਕੁਝ ਇਹਦੇ ਤੋਂ ਕਲੀਨ ਕਰ ਦੇਣਾ ਕੁਝ ਲੋਕ ਡਿਟਰਜੈਂਟ ਵਗੈਰਾ ਯੂਜ਼ ਕਰਦੇ ਆ दैट इज ਟੋਟਲੀ ਰੋਂਗ ਕੋਈ ਸੋਪ ਨਹੀਂ ਆਪਾਂ ਯੂਜ਼ ਕਰਨਾ ਤੁਹਾਡੇ ਕੋਲ ਬੇਕਿੰਗ ਸੋਡਾ ਨਹੀਂ ਤੁਸੀਂ ਸਾਲਟ ਯੂਜ਼ ਕਰ ਸਕਦੇ ਹੋ ਨਮਕ ਵਾਲਾ ਪਾਣੀ ਯੂਜ਼ ਕਰ ਸਕਦੇ ਹੋ ਵਿਨੇਗਰ ਯੂਜ਼ ਕਰ ਸਕਦੇ ਹੋ ਸਿਰਕਾ ਪਰ ਆਪਾਂ ਨੇ ਕੋਈ ਸੋਪ ਜਾਂ ਸਰਫ ਸਾਬਣ ਉਹ ਨਹੀਂ ਯੂਜ਼ ਕਰਨਾ ਮੇਰੀਆਂ ਸਬਜ਼ੀਆਂ ਜ਼ਿਆਦਾ ਸੀ ਮੈਂ ਦੋ ਰਾਉਂਡਸ ਕਰੂੰਗੀ ਬਿਕਾਜ਼ ਮੇਰਾ ਬੋਲ ਛੋਟਾ ਸੀ ਬਾਕੀ ਮੈਂ ਸਾਈਡ ਤੇ ਰੱਖ ਦਿੱਤੀਆਂ ਨੇ ਹਾਫ ਉਹ ਜਿਹੜੀਆਂ ਵਿੱਚ ਸੋਕ ਕਰਤੀਆਂ ਰੱਖ ਦਿੱਤੀਆਂ ਨੇ ਇਸ ਤੋਂ ਬਾਅਦ ਇਹ 10 ਮਿੰਟਸ ਤੋਂ ਬਾਅਦ ਮੈਂ ਇਹਨਾਂ ਨੂੰ ਦੇਖਣਾ ਆ 10 ਮਿੰਟਸ ਤੋਂ ਬਾਅਦ ਮੈਂ ਵਾਸ਼ ਕਰਨਾ ਹੈ 10 ਮਿੰਟਸ ਹੋ ਚੁੱਕੀਆਂ 10 ਮਿੰਟਸ ਤੋਂ ਬਾਅਦ ਮੈਂ ਕੀ ਕੀਤਾ ਆਪਣੀ ਟੈਪ ਚਲਾਈ ਟੈਪ ਹੁਣ ਕਿਹੜੇ ਵਾਲੀ ਆ ਕੋਲਡ ਵਾਟਰ ਆ ਕੋਲਡ ਰਨਿੰਗ ਵਾਟਰ ਚਲਾ ਲਿਆ ਮੈਂ ਤੇ ਇੱਕ ਇੱਕ ਕਰਕੇ ਮੈਂ ਸਾਰੀਆਂ ਨੂੰ واਸ਼ ਕਰ ਕਰਕੇ ਆਪਣੇ ਕੋਲ ਬੋਲ ਪਿਆ ਤਾਂ ਉਹਦੇ ਵਿੱਚ ਮੈਂ ਰੱਖਦੀ ਜਾਊਂਗੀ ਉਸ ਤੋਂ ਬਾਅਦ ਇਹਨਾਂ ਸਾਰੀਆਂ ਨੂੰ ਕਲੀਨ ਕਰਨ ਤੋਂ ਬਾਅਦ ਜਦੋਂ ਮੇਰੀ ਇਹ ਪ੍ਰੋਸੈਸ ਕੰਪਲੀਟ ਹੋ ਜਾਏਗੀ ਦੋਨੋਂ ਰਾਉਂਡਸ ਮੇਰੇ ਖਤਮ ਹੋ ਜਾਣਗੇ ਫਿਰ ਮੈਂ ਇਹਨਾਂ ਨੂੰ ਡਰਾਈ ਹੋਣ ਲਈ ਰੱਖਾਂਗੀ ਡਰਾਈ ਹੋਣ ਲਈ ਡਰਾਈ ਹੋਣ ਲਈ ਜਦੋਂ ਆਪਾਂ ਰੱਖਣਾ ਹੈ ਤਾਂ ਉਹ ਆਪਾਂ ਇੱਕ ਸਾਈਡ ਤੇ ਕਰਕੇ ਇਹਨਾਂ ਨੂੰ ਰੱਖ ਦੇਣਾ ਤੇ ਆਪਣੇ ਦੂਜੇ ਸਟੈਪਸ ਕੰਪਲੀਟ ਕਰ ਲੈਣੇ ਬਿਕਾਜ਼ ਅਗਰ ਆਪਾਂ ਗਿੱਲੀਆਂ ਸਬਜ਼ੀਆਂ ਨੂੰ ਹੀ ਫ੍ਰੀਜ਼ ਕਰ ਦਾਂਗੇ ਰੈਫਰਿਜਰੇਟਰ ਦੇ ਅੰਦਰ ਰੱਖ ਦਾਂਗੇ ਤਾਂ ਜੋ ਇਹਨਾਂ ਦੀ ਲਾਈਫ ਹੈ ਉਹ ਬਹੁਤ ਘਟ ਜੇਗੀ ਫਰੂਟਸ ਐਂਡ ਵੈਜੀਟੇਬਲਸ ਨੂੰ ਸਟੋਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਕੇ ਰੱਖਣਾ ਸੋ ਇਹ ਮੇਰਾ ਜਿਹੜਾ ਫਰਸਟ ਰਾਉਂਡ ਹੈ ਆਲਮੋਸਟ ਕੰਪਲੀਟ ਹੋ ਚੁੱਕਿਆ ਫਰਸਟ ਰਾਉਂਡ ਵਾਲੀਆਂ ਮੇਰੀਆਂ ਵੈਜੀਟੇਬਲਸ ਕਲੀਨ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਨੈਕਸਟ ਵੀ ਮੈਂ ਸੈਕੰਡ ਸੇਮ ਪ੍ਰੋਸੈਸ ਰਿਪੀਟ ਕਰ ਦਾਂਗੀ ਆਫਟਰ 댓 ਹੁਣ ਇੰਪੋਰਟੈਂਟ ਸਟੈਪ ਐ ਫੇਰ ਆਪਾਂ ਹੈਂਡ ਵਾਸ਼ ਕਰਨੇ ਆ ਪ੍ਰੋਪਰਲੀ ਕਲੀਨ ਕਰਨ ਤੋਂ ਬਾਅਦ ਵੈਜੀਟੇਬਲਸ ਸਾਈਡ ਤੇ ਰੱਖ ਕੇ ਬੋਲਸ ਦੇ ਅੰਦਰ ਆਪਾਂ ਨੇ ਕੀ ਕਰਨਾ ਹੈ ਆਪਣੇ ਹੈਂਡਸ ਕਲੀਨ ਕਰਨੇ ਆ ਵਾਈਪ ਕਰਨੇ ਆ ਸਬਜ਼ੀਆਂ ਨੂੰ ਟੋਲ ਦੇ ਨਾਲ ਚੰਗੀ ਤਰ੍ਹਾਂ ਡਰਾਈ ਕਰ ਲਿਆ ਜੇ ਬਾਹਰ ਰੱਖਣੀਆਂ ਪਈਆਂ ਥੋੜੀ ਦੇਰ ਬਾਹਰ ਰੱਖ ਕੇ ਫਿਰ ਉਸ ਤੋਂ ਬਾਅਦ ਆਪਾਂ ਸਟੋਰ ਕਰਨੀਆਂ ਦਨ ਫਿਰ ਮੈਂ ਕੀ ਕਰੂੰਗੀ ਸਾਰੀਆਂ ਕਲੀਨ ਕਰਨ ਤੋਂ ਬਾਅਦ ਆਪਣੀ ਸ਼ੈਲਫ ਕਲੀਨ ਕਰਨੀ ਹੈ ਬਿਕਾਜ਼ ਉਹ ਸਬਜ਼ੀਆਂ ਕਿੱਥੇ ਪਈਆਂ ਸੀ ਮੇਰੀ ਸ਼ੈਲਫ ਦੇ ਉੱਤੇ ਸ਼ੈਲਫ ਕਲੀਨ ਕਰਨ ਤੋਂ ਬਾਅਦ ਫਿਰ ਇਹ ਪ੍ਰੋਸੈਸ ਸਾਰੀ ਕੰਪਲੀਟ ਹੋ ਜਾਏਗੀ ਤੁਸੀਂ ਵੀ ਸੇਮ ਇਸੇ ਤਰ੍ਹਾਂ ਹੀ ਕਰ ਸਕਦੇ ਹੋ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਪਲੀਜ਼ ਹਿੱਟ ਦਿ ਲਾਈਕ ਬਟਨ ਐਂਡ ਸ਼ੇਅਰ